ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੀ ਮੌਤਾਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਦਰਅਸਲ ਲੋਕ ਆਪਣੇ ਚੰਗੇ ਭਵਿੱਖ ਦੇ ਲਈ ਵਿਦੇਸ਼ਾਂ ਦਾ ਰੁਖ ਕਰਦੇ ਨੇ, ਪਰ ਕਈ ਵਾਰ ਉੱਥੋਂ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ। ਜੀ ਹਾਂ, ਦੱਸ ਦਈਏ ਕਿ ਹੁਣ ਇੱਕ ਹੋਰ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਇੱਕ 20 ਸਾਲ ਦੇ ਨੌਜਵਾਨ ਦੀ ਅਚਾਨਕ ਮੌਤ ਹੋ ਗਈ ਹੈ। 1.5 ਮਹੀਨਾ ਪਹਿਲਾਂ ਕਿਹਾ ਜਾ ਰਿਹਾ ਕਿ ਇਹ ਨੌਜਵਾਨ ਵਿਦੇਸ਼ ਗਿਆ ਸੀ, ਟੂਰਿਸਟ ਵੀਜ਼ੇ ਦੇ ਉੱਤੇ ਆਪਣੀ ਮਾਤਾ ਦੇ ਨਾਲ ਗਿਆ ਸੀ, ਪਰ ਜੋ ਉਸਦੀ ਮਾਂ ਹੈ ਉਹ ਕੁਝ ਸਮੇਂ ਬਾਅਦ ਹੀ ਵਾਪਸ ਆ ਗਈ ਸੀ ਅਤੇ ਇਹ ਨੌਜਵਾਨ ਆਪਣੇ ਚੰਗੇ ਭਵਿੱਖ ਦੇ ਲਈ ਉੱਥੇ ਰਹਿ ਰਿਹਾ ਸੀ ਅਤੇ ਅਚਾਨਕ ਹੀ ਜਦੋਂ ਇਸਦੀ ਤਬੀਅਤ ਖਰਾਬ ਹੁੰਦੀ ਹੈ ਤਾਂ ਬੀਤੇ ਦਿਨਾਂ ਇਸਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਆਉਂਦਾ ਹੈ, ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਬੇਟੇ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਸਾਰੇ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਤੋੜ ਗਈ ਹੈ। ਜੀ ਹਾਂ, ਦੱਸ ਦਈਏ ਕਿ ਆਕਾਸ਼ਦੀਪ ਵਜੋਂ ਇਸ ਨੌਜਵਾਨ ਦੀ ਪਹਿਚਾਣ ਹੋਈ ਹੈ, ਜੋ ਕਿ ਪੰਜਾਬ ਦੇ ਕਪੂਰਥਲਾ ਦੇ ਨਾਲ ਸੰਬੰਧੀ ਦੱਸਿਆ ਜਾ ਰਿਹਾ, ਜੋ ਕਿ ਆਪਣੀ ਮਾਤਾ ਦੇ ਨਾਲ ਟੂਰਿਸਟ ਵੀਜ਼ੇ ਦੇ ਉੱਤੇ 1.5 ਮਹੀਨੇ ਪਹਿਲਾਂ ਹੀ ਇੰਗਲੈਂਡ ਗਿਆ ਸੀ, ਪਰ ਹੁਣ ਉੱਥੋਂ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਇਹੀ ਸਰਕਾਰ ਦੇ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਕਿ ਇਸ ਦੀ ਅਸਲ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ ਕਿ ਆਖਰ ਉਹਨਾਂ ਦੇ ਬੇਟੇ ਦੀ ਮੌਤ ਹੋਈ ਕਿਵੇਂ। ਦੂਜੇ ਪਾਸੇ ਹੁਣ ਪਰਿਵਾਰਕ ਮੈਂਬਰਾਂ ਨੇ ਇਹ ਵੀ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਬੇਟੇ ਦੀ ਜੋ ਮ੍ਰਿਤਕ ਦੇਹ ਹੈ ਉਸਨੂੰ ਪਿੰਡ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਤਾਂ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਮਾਹੌਲ ਜੋ ਹੈ ਬੇਹੱਦ ਗਮਗੀਨ ਹੋ ਗਿਆ। ਦੱਸ ਦਈਏ ਕਿ 20 ਸਾਲ ਦੇ ਆਕਾਸ਼ਦੀਪ ਦੀ ਜੋ ਇੰਗਲੈਂਡ ਦੇ ਵਿੱਚ ਟੂਰਿਸਟ ਵੀਜ਼ੇ ਤੇ ਗਿਆ ਸੀ 1.5 ਮਹੀਨੇ ਪਹਿਲਾਂ, ਉਸਦੀ ਅਚਾਨਕ ਹੀ ਬਿਮਾਰੀ ਤੋਂ ਬਾਅਦ ਕਿਹਾ ਜਾ ਰਿਹਾ ਕਿ ਮੌਤ ਹੋ ਗਈ ਹੈ। ਕਾਫੀ ਟਾਈਮ ਤੋਂ ਉਹ ਬਿਮਾਰ ਚੱਲ ਰਿਹਾ ਸੀ। ਮੇਰਾ ਪੋਤਾ ਹੁਣ 1.5-2 ਮਹੀਨੇ ਹੋ ਗਿਆ ਸੀਗਾ ਜਿਹੜਾ ਇੰਗਲੈਂਡ ਗਿਆ ਸੀ, ਉੱਥੇ ਕਿਸੇ ਕਾਰਨ ਕਰਕੇ ਉਹਦੀ ਡੈਥ ਹੋ ਗਈ। ਅਸੀਂ ਬਾਬੇ ਸੀਚੀ ਵਾਲੀਆਂ ਨੂੰ ਬੇਨਤੀ ਕਰਦੇ ਹਾਂ ਵੀ ਜਿਸ ਤਰ੍ਹਾਂ ਵੀ ਹੋ ਸਕਦਾ ਉਹਦੀ ਬਾਡੀ ਸਾਡੇ ਹੋਰ ਪੀਚੀ ਜਾਵੇ। ਉਹਦਾ ਨਾਂ ਸੀਗਾ ਆਕਾਸ਼ਦੀਪ ਸਿੰਘ, ਉਹਦੀ ਡੈਥ ਕੱਲ੍ਹ ਹੋਈ। ਕੱਲ੍ਹ ਜਾਣੀ ਕਿ ਸਾਨੂੰ ਇੱਥੋਂ ਫੋਨ ਆ, ਹਾਂਜੀ ਹਾਂਜੀ ਅਸੀਂ ਮੰਗ ਕਰਦੇ ਹਾਂ ਵੀ ਸਾਡੇ ਪੋਤੇ ਦੀ ਬਾਡੀ ਇੱਥੇ ਆਵੇ। ਅਸੀਂ ਉਹਦਾ ਮੂੰਹ ਦੀ ਮੇਰੇ ਗੁਆਂਢੀ ਬਹਾਦਰ ਸਿੰਘ ਹੈਗਾ, ਇਹਦਾ ਪੋਤਾ ਜਿਹੜਾ ਇੰਗਲੈਂਡ ਦੇ ਵਿੱਚ ਐਕਸਪਾਇਰ ਹੋ ਗਿਆ ਜੀ। ਅਸੀਂ ਸਰਕਾਰ ਪਾਸੋਂ ਮੰਗ ਕਰਦੇ ਹੈਗਾ ਕਿ ਇਹਨੂੰ ਇਹਦੀ ਡੈਡ ਬੋਡੀ ਜਿਹੜੀ ਇੱਥੇ ਲਿਆਂਦੀ ਜਾਵੇ। ਸਾਰੇ ਕਿੰਨਾ ਚਿਰ ਪਹਿਲਾਂ ਗਿਆ ਜੀ ਇੰਗਲੈਂਡ? ਤਕਰੀਬਨ 1.5 ਮਹੀਨਾ ਪਹਿਲਾਂ। ਪਿੰਡ 'ਚ ਕੀ ਹਾਲਾਤ ਆ? ਹਾਂਜੀ ਪਿੰਡ 'ਚ ਕੀ ਹਾਲਾਤ ਆ? ਬਹੁਤ ਸਾਰੇ ਗਮਨੀਨ ਹੈਗੇ ਆ, ਸਾਰੇ ਕਈਆਂ ਦੇ ਕੱਖ ਰੋਣ ਡਿਆ ਜੀ। ਅਸੀਂ ਰਿਕੁਐਸਟ ਕਰਦੇ ਹਾਂ ਬਾਬਾ ਜੀ ਨੂੰ ਵੀ ਸਾਡੀ ਮਦਦ ਕੀਤੀ ਜਾਵੇ, ਡੈਡ ਬੋਡੀ ਜਿਹੜੀ ਇੱਥੇ ਭਾਰਤ ਲਿਆਂਦੀ ਜਾਵੇ, ਪਰਿਵਾਰ ਜਿਹੜਾ ਉਹਦਾ ਮੂੰਹ ਦੇਖ ਲਓ।